ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਗਰ ਤੁਸੀਂ ਸਵਿਟਜ਼ਰਲੈਂਡ ਆ ਰਹੇ ਹੋ ਤਾਂ ਕਿਹੜੀਆਂ ਐਸੀਆਂ ਚੀਜ਼ਾਂ ਨੇ ਜੋ ਤੁਹਾਨੂੰ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਨੇ। ਬਹੁਤ ਸਾਰੇ ਲੋਕ ਬ੍ਰਾਂਡਡ ਚੀਜ਼ਾਂ ਨਾਲ ਲੈ ਕੇ ਜਾਂਦੇ ਨੇ, ਬਟ ਮੈਨੂੰ ਲੱਗਦਾ ਕਿ ਇੱਥੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜੋ ਤੁਹਾਡੇ ਨਾਲ ਲਾਈਫ ਟਾਈਮ ਰਹਿ ਸਕਦੀਆਂ ਨੇ, ਅਤੇ ਉਹ ਚੀਜ਼ਾਂ ਤੁਸੀਂ ਨਾਲ ਲੈ ਕੇ ਜਾਓ। ਆ ਜਾਓ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਅਤੇ ਸਭ ਤੋਂ ਪਹਿਲੀ ਚੀਜ਼ ਹੈ ਚੋਕਲੇਟਸ, ਜਿਹਦੇ ਲਈ ਸਵਿਟਜ਼ਰਲੈਂਡ ਫੇਮਸ ਹੈ। ਅਤੇ ਤੁਸੀਂ ਚੋਕਲੇਟਸ ਕਿਤੋਂ ਵੀ ਲੈ ਸਕਦੇ ਹੋ। ਬਹੁਤ ਸਾਰੀ ਬੇਕਰੀਜ਼, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ, ਲਾਦੇ ਰਾਖ ਦੀ ਵੀਡੀਓ ਬਣਾਈ ਸੀਗੀ, ਲਿੰਡ ਦੀ ਵੀਡੀਓ ਬਣਾਈ ਸੀਗੀ, ਅਤੇ ਓਵਲੀ ਚੋਕਲੇਟਸ ਤੁਸੀਂ ਲੈ ਸਕਦੇ ਹੋ। ਸ਼ਪਰੁੰਗਲੀ ਨਾਮ ਦੀ ਇੱਕ ਬੇਕਰੀ ਹੈ, ਉਹਦੀ ਤੁਸੀਂ ਚੋਕਲੇਟਸ ਲੈ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਸਸਤੇ ਮਤਲਬ ਡਿਸਕਾਊਂਟ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੁਪਰ ਮਾਰਕੀਟਸ ਤੋਂ ਲੈ ਸਕਦੇ ਹੋ ਚੋਕਲੇਟਸ, ਲਿੰਡ ਦੀ ਚੋਕਲੇਟਸ, ਹੋਰ ਕੇਲਰ, ਬਹੁਤ ਸਾਰੇ ਐਸੇ ਬ੍ਰਾਂਡਸ ਨੇ ਜੋ ਤੁਹਾਨੂੰ ਮੀਗਰੋਸ, ਜੋ ਇੱਥੇ ਦੀ ਸੁਪਰ ਮਾਰਕੀਟ ਹੈ, ਉੱਧਰੋਂ ਦੀ ਮਿਲ ਜਾਂਦੇ ਨੇ, ਜਾਂ ਕੋਪ ਇੱਥੇ ਦੀ ਇੱਕ ਸੁਪਰ ਮਾਰਕੀਟ ਹੈ ਉੱਥੋਂ ਮਿਲ ਜਾਂਦੇ ਨੇ। ਬਟ ਸਭ ਤੋਂ ਜ਼ਿਆਦਾ ਡਿਸਕਾਊਂਟ ਜੋ ਮਿਲਦਾ ਹੈਗਾ ਉਹ ਮਿਲਦਾ ਹੈਗਾ ਡੈਨਰ ਤੋਂ। ਇਹ ਹੈਗੀ ਹੈ ਮੀਗਰੋਸ ਸੁਪਰ ਮਾਰਕੀਟ, ਅਤੇ ਇੱਦਾਂ ਇਹ ਤੁਹਾਨੂੰ ਹਰ ਥੋੜ੍ਹੀ ਥੋੜ੍ਹੀ ਦੇਰ ਦੇ ਜਗ੍ਹਾ ਦੇ ਬਾਅਦ ਤੁਹਾਨੂੰ ਇਹ ਮਾਰਕੀਟ ਮਿਲ ਜਾਂਦੀ ਹੈ। ਇੱਥੋਂ ਵੀ ਤੁਸੀਂ ਇਹਨਾਂ ਦਾ ਖੁਦ ਦਾ ਵੀ ਚੋਕਲੇਟ ਦਾ ਬ੍ਰਾਂਡ ਹੈਗਾ, ਇੱਧਰੋਂ ਵੀ ਤੁਸੀਂ ਲੈ ਸਕਦੇ ਹੋ। ਫਰੇ ਨਾਮ ਦੀ ਵੀ ਹੈਗੀ ਹੈ, ਮੀਗਰੋਸ ਨਾਮ ਦੀ ਵੀ ਹੈਗੀ ਹੈ। ਅਤੇ ਅਗਰ ਤੁਹਾਨੂੰ ਡਿਸਕਾਊਂਟਡ ਚਾਹੀਦੀ ਹੈਗੀ ਹੈ, ਥੋੜ੍ਹਾ ਤੁਸੀਂ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੁੰਦੇ, ਤਾਂ ਉਹ ਸੇਮ ਚੋਕਲੇਟ ਤੁਹਾਨੂੰ ਡੈਨਰ ਤੋਂ ਡਿਸਕਾਊਂਟ ਦੇ ਵਿੱਚ ਵੀ ਮਿਲ ਜਾਏਗੀ। ਅਤੇ ਇਹ ਹੈਗਾ ਜੀ ਮੀਗਰੋ, ਅਤੇ ਇਹ ਦੇਖੋ ਤੁਸੀਂ, ਇਹ ਮੀਗਰੋ ਦਾ ਬ੍ਰਾਂਡ ਹੈ ਫਰੇ, ਅਤੇ ਇਹ ਵੀ ਬਹੁਤ ਅੱਛਾ ਬ੍ਰਾਂਡ ਹੈ। ਅਤੇ ਇੱਥੇ ਤੁਹਾਨੂੰ ਇਹਦਾ ਵੀ ਕਾਫੀ ਡਿਸਕਾਊਂਟ ਦੇ ਵਿੱਚ ਚੋਕਲੇਟਸ ਮਿਲ ਜਾਂਦੀਆਂ ਨੇ। ਇਹ ਵੀ ਸਵਿਸ ਬ੍ਰਾਂਡ ਹੈਗਾ ਮਾਈਨੋਰ, ਇਹਦੀ ਵੀ ਬਹੁਤ ਅੱਛੀ ਚੋਕਲੇਟਸ ਹੁੰਦੀਆਂ ਨੇ, ਅਤੇ ਲਿੰਡ ਦੀਆਂ ਵੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਸੁਪਰ ਮਾਰਕੀਟ ਦੇ ਵਿੱਚ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਚੋਕਲੇਟਸ ਮਿਲ ਰਹੀਆਂ ਨੇ। ਇਹ ਦੇਖੋ ਕੋਈ ਨਾ ਕੋਈ ਡਿਸਕਾਊਂਟ। ਇਸ ਤੋਂ ਇਲਾਵਾ ਤੁਸੀਂ ਚੋਕਲੇਟ ਦੀ ਬਾਰ ਵੀ ਲੈ ਸਕਦੇ ਹੋ। ਇਹ ਦੇਖੋ ਤੁਸੀਂ ਕਿ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਆਪਸ਼ਨਸ ਹੁੰਦੀਆਂ ਨੇ ਚੋਕਲੇਟ ਬਾਰ ਦੀਆਂ, ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਹੈ, 220 ਸਾਰਿਆਂ ਦਾ ਮੋਸਟਲੀ। ਅਤੇ 2 ਤੋਂ ਲੈ ਕੇ 3 ਜਾਂ 4 ਫਰੈਂਕਸ ਦੇ ਵਿੱਚ ਤੁਹਾਨੂੰ ਇਹ ਬਾਰ ਮਿਲ ਜਾਂਦੀਆਂ ਨੇ, ਅਤੇ ਬਹੁਤ ਹੀ ਸੁਪਰੀਮ ਮਤਲਬ ਅੱਛੀ ਕੁਆਲਿਟੀ ਦੀ ਚੋਕਲੇਟਸ ਹੁੰਦੀਆਂ ਨੇ। ਅਤੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਧਰੋਂ ਵੀ ਲੈ ਸਕਦੇ ਹੋ। ਇਹ ਸਾਰੀਆਂ ਹੈਗੀਆਂ ਨੇ ਜੀ ਸੋਵੀਨੀਅਰਸ ਦੇ ਲਈ, ਅਗਰ ਤੁਸੀਂ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਚੋਕਲੇਟਸ, ਅਤੇ ਇਹ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਐਵੇਂ ਦੀ ਲਿੰਡ ਦੀ ਓਪਨ ਜਿਹੜੀਆਂ ਖੁੱਲ੍ਹੀਆਂ ਹੋਈਆਂ ਚੋਕਲੇਟਸ, ਇਹ ਵੀ ਲੈ ਸਕਦੇ ਹੋ ਤੋਲ ਕੇ। ਇਹ ਬਾਕਸ ਬਣਿਆ ਹੋਇਆ, ਅਤੇ ਇਹਦੇ ਵਿੱਚ 10.95 ਦੇ ਵਿੱਚ 16 ਚੋਕਲੇਟਸ ਆ ਜਾਣਗੀਆਂ। ਅਤੇ ਅਗਰ ਤੁਸੀਂ ਪ੍ਰੋਪਰ ਹਾਈ ਕੁਆਲਿਟੀ ਚੋਕਲੇਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਕ ਤੋਂ ਲੈ ਸਕਦੇ ਹੋ। ਇਹ ਹੈਗਾ ਜੀ ਡੈਨਰ, ਅਤੇ ਇਹ ਦੇਖੋ ਤੁਸੀਂ, ਇੱਥੇ ਤੁਹਾਨੂੰ ਹਰ ਚੀਜ਼ ਡਿਸਕਾਊਂਟ ਵਿੱਚ ਮਿਲ ਜਾਂਦੀ ਹੈ, ਸਾਰੀ ਚੋਕਲੇਟਸ। ਥੋੜ੍ਹਾ ਬਹੁਤ ਪ੍ਰਾਈਸ ਹਮੇਸ਼ਾ ਘਟਿਆ ਹੀ ਹੁੰਦਾ ਹੈ। ਇਹ ਦੇਖੋ ਇਹ ਸਾਰੀ ਚੋਕਲੇਟਸ ਦੇ ਉੱਤੇ ਡਿਸਕਾਊਂਟ ਹੁੰਦਾ ਹੈ ਹਮੇਸ਼ਾ। ਲਿੰਡ ਦੀ ਚੋਕਲੇਟਸ 'ਤੇ ਵੀ ਤੁਹਾਨੂੰ ਡਿਸਕਾਊਂਟ ਮਿਲਦਾ ਹੈ, ਪਰ ਅਗਰ ਤੁਸੀਂ ਮੀਗਰੋ ਜਾਂ ਦੂਸਰੇ ਸੁਪਰ ਸਟੋਰਸ ਤੋਂ ਲਓਗੇ, ਸੁਪਰ ਮਾਰਕੀਟਸ ਤੋਂ, ਤਾਂ ਤੁਹਾਨੂੰ ਉਹ ਮਹਿੰਗਾ ਪਏਗਾ। ਬਟ ਇੱਥੇ ਹਮੇਸ਼ਾ ਤੁਹਾਨੂੰ ਕੁਛ ਨਾ ਕੁਛ ਸਪੈਸ਼ਲ ਪ੍ਰਾਈਸ ਇਹਨਾਂ ਦਾ ਹਮੇਸ਼ਾ ਚੱਲਦਾ ਰਹਿੰਦਾ ਹੈ। ਸੋ ਮੈਂ ਇਹ ਰੈਕਮੈਂਡ ਕਰਾਂਗੀ, ਅਗਰ ਤੁਸੀਂ ਚੋਕਲੇਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡੈਨਰ ਤੋਂ ਲਓ, ਔਰ ਅਗਰ ਤੁਸੀਂ ਹਾਈ ਕੁਆਲਿਟੀ ਬਿਲਕੁਲ ਮਤਲਬ ਪੈਸਾ ਖਰਚ ਕਰ ਸਕਦੇ ਹੋ
ਤੇ ਤੁਸੀਂ ਲਾਦੇ ਰੱਖ ਤੋਂ ਲੈ ਸਕਦੇ ਹੋ, ਸ਼ਪਰੁੰਗਲੀ ਤੋਂ ਲੈ ਸਕਦੇ ਹੋ, ਬਟ ਇੱਥੇ ਦੀ ਚੋਕਲੇਟਸ ਦੀ ਵਰਥ ਹੈ, ਤੁਸੀਂ ਨਾਲ ਲੈ ਕੇ ਜਾਓ। ਤੇ ਕਿਉਂਕਿ ਇਹ ਸਾਰੀ ਹੈਂਡਮੇਡ ਚੋਕਲੇਟਸ ਹੁੰਦੀਆਂ ਨੇ ਤੇ ਤੁਹਾਨੂੰ ਯਾਦ ਰਹੇਗੀ ਪੂਰੀ ਜ਼ਿੰਦਗੀ ਕਿ ਹਾਂ ਅਸੀਂ ਲੈ ਕੇ ਆਏ ਸੀ ਨਾਲ, ਤੇ ਤੁਸੀਂ ਜਿਹਨੂੰ ਦਿਓਗੇ ਉਹ ਵੀ ਯਾਦ ਰੱਖੇਗਾ। ਦੂਸਰਾ ਹੈ ਸਵਿਟਜ਼ਰਲੈਂਡ ਫੇਮਸ ਹੈ ਜੀ ਵਾਚ ਦੇ ਲਈ, ਲਗਜ਼ਰੀ ਵਾਚਸ ਦੇ ਲਈ, ਮਹਿੰਗੀ ਘੜੀਆਂ ਦੇ ਲਈ। ਤੇ ਅਗਰ ਤੁਸੀਂ ਮਹਿੰਗੀ ਘੜੀਆਂ ਅਫੋਰਡ ਨਹੀਂ ਕਰ ਸਕਦੇ ਤੇ ਦੋ ਐਸੇ ਬ੍ਰਾਂਡ ਨੇ ਜੋ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ, ਜਿਹਦੀ ਸਟਾਰਟਿੰਗ ਹੁੰਦੀ ਹੈ 100 ਫ੍ਰੈਂਚ ਤੋਂ, ਤੇ ਹੈ ਵੀ ਉਹ ਸਵਿਸ ਬ੍ਰਾਂਡ, ਉਹਦੀ ਕੁਆਲਿਟੀ ਵੀ ਵਧੀਆ ਹੈਗੀ ਹੈ। ਤੇ ਅਗਰ ਤੁਸੀਂ ਘੜੀਆਂ ਦੇ ਸ਼ੌਕੀਨ ਹੋ ਤੇ ਤੁਸੀਂ ਇਹ ਦੋ ਬ੍ਰਾਂਡ ਦੀ ਘੜੀਆਂ ਖਰੀਦ ਸਕਦੇ ਹੋ। ਪਹਿਲਾ ਹੈਗਾ ਸਵਾਚ, ਇੱਕ ਸਵਿਸ ਬ੍ਰਾਂਡ ਹੈ ਤੇ ਬਹੁਤ ਹੀ ਜ਼ਿਆਦਾ ਫੇਮਸ ਬ੍ਰਾਂਡ ਹੈ, ਤੇ ਤੁਹਾਨੂੰ 100 ਫ੍ਰੈਂਚ ਤੋਂ ਇਹਦੀ ਸਟਾਰਟਿੰਗ ਹੈ, 90 ਫ੍ਰੈਂਚ 100 ਫ੍ਰੈਂਚ ਤੋਂ। ਤੇ ਤੁਸੀਂ ਐਵਲੀ ਘੜੀ ਲੈ ਸਕਦੇ ਹੋ, ਇਹਦੇ ਵਿੱਚ ਬੱਚਿਆਂ ਦੇ ਲਈ ਵੀ ਬਹੁਤ ਜ਼ਿਆਦਾ ਆਪਸ਼ਨਸ ਮਿਲਦੇ ਨੇ ਤੇ ਵੱਡਿਆਂ ਲਈ ਵੀ ਬਹੁਤ ਹੀ ਵਾਇਬ੍ਰੈਂਟ ਕਲਰਸ ਦੇ ਵਿੱਚ ਤੁਹਾਨੂੰ ਇਹ ਮਿਲ ਜਾਂਦੀ ਹੈ। ਦੂਸਰਾ ਬ੍ਰਾਂਡ ਹੈਗਾ ਜੀ ਮੋਂਡੇਨ। ਤੁਹਾਨੂੰ ਹਰ ਜਗ੍ਹਾ ਸਟੇਸ਼ਨਸ ਦੇ ਉੱਤੇ ਇਹ ਟਿਪੀਕਲ ਕੜੀ ਹਰ ਜਗ੍ਹਾ ਲੱਗੀ ਹੋਈ ਮਿਲੇਗੀ, ਜਿਹਦੇ ਵਿੱਚ ਰੈੱਡ ਹੈਂਡ ਹੈਗਾ ਸੈਕਿੰਡਸ ਦਾ ਅਤੇ ਬਲੈਕ ਹੈਂਡਸ ਮਿਨਟ ਅਤੇ ਆਵਰਸ ਦਾ। ਅਤੇ ਇਹ ਬਹੁਤ ਹੀ ਟਿਪੀਕਲ ਕੜੀ ਆ ਜੋ ਤੁਹਾਨੂੰ ਹਰ ਮੇਨ ਸਟੇਸ਼ਨ 'ਤੇ ਰੋਡਸ 'ਤੇ ਮਿਲ ਜਾਂਦੀ ਹੈ। ਅਤੇ ਇਹ ਬ੍ਰਾਂਡ ਬਹੁਤ ਹੀ ਜ਼ਿਆਦਾ ਵਧੀਆ, ਸਵਿਸ ਬ੍ਰਾਂਡ ਹੈਗਾ, ਅਤੇ ਇਹਦੀ ਵਾਚਿਸ ਤੁਸੀਂ ਖਰੀਦ ਸਕਦੇ ਹੋ ਅਤੇ 100 ਫ੍ਰੈਂਕਸ ਤੋਂ ਇਹਦੀ ਸਟਾਰਟਿੰਗ ਹੈ। ਅਤੇ ਐਵਲੀ ਕੜੀਆਂ ਵੀ ਤੁਸੀਂ ਖਰੀਦ ਸਕਦੇ ਹੋ। ਇੱਕ ਬ੍ਰਾਂਡ ਹੈਗਾ ਜੀ ਇਹ ਸਵਿਸ ਮਿਲਟਰੀ ਦਾ ਹਨੋਵਾ, ਇਹ ਵੀ ਤੁਸੀਂ ਲੈ ਸਕਦੇ ਹੈਗੇ ਹੋ। ਅਤੇ ਇਹਦਾ ਪ੍ਰਾਈਸ ਜਿਹੜਾ ਥੋੜ੍ਹਾ ਐਕਸਪੈਂਸਿਵ ਹੈਗਾ, 300-400 ਤੋਂ ਇਹਦੀ ਸਟਾਰਟਿੰਗ ਹੈਗੀ ਹੈ। ਅਤੇ ਮੈਂ ਤੁਹਾਨੂੰ ਇਹੀ ਰੈਕਮੈਂਡ ਕਰਾਂਗੀ ਕਿ ਤੁਸੀਂ ਇੱਕ ਮੋਂਡੇਨ ਦਾ ਬ੍ਰਾਂਡ ਤੋਂ ਲੈ ਸਕਦੇ ਹੋ। ਅਗਰ ਤੁਸੀਂ ਸਵਿਸ ਬ੍ਰਾਂਡ ਦੀ ਘੜੀ ਲੈਣਾ ਚਾਹੁੰਦੇ ਹੋ ਅਤੇ ਸਸਤੀ ਲੈਣਾ ਚਾਹੁੰਦੇ ਹੋ, ਅਤੇ ਦੂਸਰਾ ਸਵਾਚ ਦੀ ਤੁਸੀਂ ਲੈ ਸਕਦੇ ਹੋ। ਨੈਕਸਟ ਹੈ ਜੀ ਸਵਿਸ ਨਾਈਫ, ਜੋ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਜ਼ਿਆਦਾ ਫੇਮਸ ਨੇ ਇੱਥੇ। ਅਤੇ ਤੁਸੀਂ ਸਵਿਸ ਨਾਈਫ ਵੀ ਲੈ ਸਕਦੇ ਹੋ ਜਾਂ ਨੋਰਮਲ ਨਾਈਫ ਕਿਚਨ ਵੇਅਰ ਵੀ ਤੁਹਾਨੂੰ ਇੱਥੇ ਮਿਲ ਜਾਂਦੇ ਨੇ। ਅਗਰ ਤੁਸੀਂ ਕਿਚਨ ਦੇ ਲਈ ਆਪਣੇ ਮਦਰ ਦੇ ਲਈ ਲੈਣਾ ਚਾਹੁੰਦੇ ਹੋ ਜਾਂ ਆਪਣੀ ਵਾਈਫ ਲਈ ਲੈਣਾ ਚਾਹੁੰਦੇ ਹੋ ਕੋਈ ਗਿਫਟ, ਉਹ ਵੀ ਤੁਸੀਂ ਲੈ ਸਕਦੇ ਹੋ। ਇੱਥੇ ਨੋਰਮਲ ਕਿਚਨ ਨਾਈਫਸ ਵੀ ਮਿਲ ਜਾਂਦੇ ਨੇ ਅਤੇ ਐਵਲੇ ਨਾਈਫਸ ਵੀ ਮਿਲ ਜਾਂਦੇ ਨੇ। ਇਹ ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨਸ ਆਉਂਦੇ ਨੇ ਅਤੇ ਤੁਹਾਨੂੰ ਈਜ਼ੀਲੀ 23 ਫ੍ਰੈਂਕਸ ਤੋਂ ਲੈ ਕੇ ਇਹਦੀ ਸਟਾਰਟਿੰਗ ਹੁੰਦੀ ਹੈ ਅਤੇ ਫਿਰ ਵੱਧਦੇ ਜਾਂਦਾ, ਜਿਵੇਂ ਜਿੰਨੇ ਜ਼ਿਆਦਾ ਫੀਚਰਸ ਹੋਣਗੇ ਉਨਾ ਜ਼ਿਆਦਾ ਉਹਦਾ ਪ੍ਰਾਈਸ ਹੋਏਗਾ। ਅਤੇ ਇਹ ਇੱਕ ਸੋਵੀਨੀਅਰ ਤੁਸੀਂ ਨਾਲ ਲੈ ਕੇ ਜਾ ਸਕਦੇ ਹੈਗੇ ਹੋ ਅਗਰ ਤੁਹਾਨੂੰ ਸ਼ੌਂਕ ਹੈ ਸੋਵੀਨੀਅਰਸ ਦਾ। ਇਹ ਦੇਖੋ ਤੁਸੀਂ ਕਿੰਨੇ ਜ਼ਿਆਦਾ ਆਪਸ਼ਨਸ ਨੇ ਇਹਦੇ ਵਿੱਚ। ਅਤੇ ਇਹ ਹੈਗੇ ਨੇ ਜੀ ਕਿਚਨ ਨਾਈਫ, ਐਵਲੇ ਮੈਂ ਯੂਜ਼ ਕਰਦੀ ਹਾਂ ਘਰ, ਬਹੁਤ ਹੀ ਜ਼ਿਆਦਾ ਵਧੀਆ ਬ੍ਰਾਂਡ ਹੈ, ਬਹੁਤ ਹੀ ਹਾਈ ਕੁਆਲਿਟੀ ਬ੍ਰਾਂਡ ਹੈ। ਅਤੇ ਅਗਰ ਤੁਸੀਂ ਆਪਣੇ ਘਰਦਿਆਂ ਨੂੰ ਦੇਣਾ ਚਾਹੋ ਤਾਂ ਇਹ ਵੀ ਦੇ ਸਕਦੇ ਹੈਗੇ ਹੋ। ਤੁਸੀਂ ਸਾਰਿਆਂ ਨੇ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਤਾਂ ਦੇਖੀ ਹੋਏਗੀ, ਕੋਈ ਐਸਾ ਹੀ ਬੰਦਾ ਹੋਏਗਾ ਜਿਹਨੇ ਨਹੀਂ ਦੇਖੀ ਹੋਏਗੀ। ਅਤੇ ਉਹਦੇ ਵਿੱਚ
ਜੋ ਇੱਕ ਬੈਲ ਸੀਗੀ ਕਾਓ ਬੈਲ ਸਵਿਟਜ਼ਰਲੈਂਡ ਦੇ ਵਿੱਚੋਂ ਜੋ ਖਰੀਦਦਾ ਹੈਗਾ ਕਾਜੋਲ ਦੇ ਲਈ, ਅਤੇ ਉਹ ਹੈਗੀ ਐਵਲੀ ਬੈਲ। ਅਤੇ ਐਵਲੀ ਬੈਲਸ ਵੀ ਬਹੁਤ ਜ਼ਿਆਦਾ ਫੇਮਸ ਹੈ ਅਗਰ ਤੁਸੀਂ ਨਾਲ ਲੈ ਕੇ ਜਾਣਾ ਚਾਹੋ। ਅਤੇ ਇਹ ਜਿਹੜਾ ਹੈਗੀ ਹੈ ਇੱਕ ਬੈਲ, ਇਹ ਹੈਗੀ ਹੈ 17 francs 90 cents ਦੀ, ਅਤੇ ਇਹਦੇ ਵਿੱਚ ਤੁਹਾਨੂੰ ਵੱਡੇ ਤੋਂ ਵੱਡਾ ਸਾਈਜ਼ ਵੀ ਮਿਲ ਜਾਂਦਾ, ਉਹਨੇ ਪ੍ਰਾਈਜ਼ ਵੱਧਦਾ ਜਾਂਦਾ, ਛੋਟਾ ਵੀ ਮਿਲ ਜਾਂਦਾ ਜਿਵੇਂ ਫ੍ਰਿਜ ਦੀ ਮੈਗਨੇਟਸ ਨੇ, ਇਹ ਦੇਖੋ ਛੋਟੀਆਂ ਛੋਟੀਆਂ। ਅਗਰ ਤੁਹਾਨੂੰ ਪ੍ਰੋਪਰ ਬੈਲ ਚਾਹੀਦੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਘਰ ਵਿੱਚ ਹੈਂਗ ਕਰਨ ਦੇ ਲਈ, ਜਿਵੇਂ ਇਹ ਦੇਖੋ ਤੁਸੀਂ ਕਿ ਕਿੰਨੀ ਵੱਡੀ ਹੈਗੀ ਹੈ ਬੈਲ। ਬਟ ਇਹਦਾ ਪ੍ਰਾਈਜ਼ ਹੈਗਾ 399 francs, ਅਤੇ ਕਿਉਂਕਿ ਇਹ ਪ੍ਰੋਪਰ ਇੱਕ ਬੈਲ ਹੈ ਜੋ ਇਹ ਲੋਕ ਬੰਨਦੇ ਨੇ ਆਪਣੀ ਗਾਵਾਂ ਦੇ ਗਲੇ ਦੇ ਵਿੱਚ, ਅਤੇ ਇਹ ਵੀ ਤੁਸੀਂ ਇੱਥੋਂ ਦੀ ਲੈ ਕੇ ਜਾ ਸਕਦੇ ਹੋ। ਇਹ ਬਹੁਤ ਹੀ ਜ਼ਿਆਦਾ ਫੇਮਸ ਸੋਵੀਨੀਅਰ ਹੈ ਇੱਥੇ ਦਾ, ਅਗਰ ਤੁਸੀਂ ਨਾਲ ਕੁਛ ਲੈ ਕੇ ਜਾਣਾ ਚਾਹੁੰਦੇ ਹੋ। ਅਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਗਿਫਟ ਦੇਣਾ ਚਾਹੁੰਦੇ ਹੋ ਜਿਵੇਂ ਕਿ ਕੋਸਮੈਟਿਕਸ ਦੇ ਵਿੱਚ, ਤਾਂ ਮੈਂ ਰੈਕਮੈਂਡ ਕਰਾਂਗੀ ਕਿ ਤੁਸੀਂ ਇੱਥੇ ਸਵਿਸ ਮੇਡ ਹੈਂਡ ਕਰੀਮਸ ਤੁਸੀਂ ਲੈ ਸਕਦੇ ਹੈਗੇ ਹੋ। ਬਹੁਤ ਸਾਰੇ ਬ੍ਰਾਂਡਸ ਨੇ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਾਂਗੀ, ਅਤੇ ਤੁਸੀਂ ਉੱਥੋਂ ਦੀ ਦੇਖ ਸਕਦੇ ਹੈਗੇ ਹੋ। ਬਹੁਤ ਹੀ ਵਧੀਆ ਕੁਆਲਿਟੀ ਦੀ ਹੈਂਡ ਕਰੀਮਸ ਇੱਥੇ ਮਿਲ ਜਾਂਦੀਆਂ ਨੇ, ਉਹ ਤੁਸੀਂ ਇੱਥੇ ਖਰੀਦ ਸਕਦੇ ਹੋ, ਜਾਂ ਕਿਸੇ ਨੂੰ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਇੱਥੋਂ ਦੀ ਲੈ ਸਕਦੇ ਹੋ। ਰੀਜ਼ਨੇਬਲ ਪ੍ਰਾਈਸ 'ਤੇ ਵੀ ਮਿਲ ਜਾਂਦੀਆਂ ਨੇ, ਅਤੇ ਮਹਿੰਗੀਆਂ ਵੀ ਹੁੰਦੀਆਂ ਨੇ, ਅਤੇ ਤੁਸੀਂ ਦੇਖ ਸਕਦੇ ਹੋ ਆਪਣੀ ਪੋਕਿਟ ਦੇ ਅਕੋਰਡਿੰਗਲੀ ਕਿ ਤੁਸੀਂ ਕਿਵੇਂ ਦਾ ਲੈਣਾ ਚਾਹੁੰਦੇ ਹੋ, ਕਿੰਨੇ ਪ੍ਰਾਈਸ ਦਾ। ਅਗਰ ਤੁਹਾਨੂੰ ਸਟੇਸ਼ਨਰੀ ਦਾ ਸ਼ੌਂਕ ਹੈਗਾ, ਪੈੱਨ ਵਗੈਰਾ ਦਾ, ਜਾਂ ਤੁਸੀਂ ਬੱਚਿਆਂ ਲਈ ਲੈ ਕੇ ਜਾਣਾ ਚਾਹੁੰਦੇ ਹੋ, ਅਤੇ ਸਵਿਸ ਦੇ ਦੋ ਬਹੁਤ ਹੀ ਜ਼ਿਆਦਾ ਫੇਮਸ ਬ੍ਰਾਂਡਸ ਨੇ, ਇੱਕ ਤਾਂ ਫਾਬਰ ਕਾਸਟਲ ਜੋ ਇੰਡੀਆ ਵਿੱਚ ਵੀ ਮਿਲ ਜਾਂਦਾ, ਅਤੇ ਦੂਸਰਾ ਹੈਗਾ ਕੁਰਾਨ ਦਾਸ਼। ਅਤੇ ਬਹੁਤ ਹੀ ਜ਼ਿਆਦਾ ਫੇਮਸ ਹਾਈ ਕੁਆਲਿਟੀ ਪੈੱਨ ਪੈਨਸਿਲਸ ਸਟੇਸ਼ਨਰੀ, ਤੁਸੀਂ ਉਹ ਵੀ ਲੈ ਸਕਦੇ ਹੋ ਇੱਥੋਂ ਦੀ। ਅਤੇ ਬਹੁਤ ਹੀ ਵਧੀਆ ਵਧੀਆ ਤੁਹਾਨੂੰ ਇਹਦੇ ਵਿੱਚ ਸਮਾਨ ਮਿਲ ਜਾਂਦਾ ਇੱਥੇ ਸਟੇਸ਼ਨਰੀ ਦਾ। ਅਤੇ ਇਹ ਸੀਗਾ ਜੀ ਵੀਡੀਓ ਰਿਗਾਰਡਿੰਗ ਕੀ ਤੁਹਾਨੂੰ ਇੱਥੋਂ ਦੀ ਖਰੀਦਣਾ ਚਾਹੀਦਾ, ਰੈਦਰ ਦੈਨ ਕਿ ਤੁਸੀਂ ਕੋਈ ਐਸੀ ਚੀਜ਼ ਖਰੀਦੋ ਜੋ ਬਾਅਦ 'ਚੋਂ ਨਾ ਰਹੇ ਉਵੇਂ ਦੀ। ਸੋ ਇਹ ਸੀਗੀ ਜੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਰੈਕਮੈਂਡ ਕੀਤੇ ਨੇ ਗਿਫਟਸ ਜਾਂ ਕੁਛ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਅਗਰ ਸਵਿਟਜ਼ਰਲੈਂਡ ਦੇ ਵਿੱਚ ਆ ਕੇ, ਤਾਂ ਤੁਹਾਨੂੰ ਕੀ ਖਰੀਦਣਾ ਚਾਹੀਦਾ। ਅਤੇ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ, ਆਪਸ਼ਨਸ ਤੁਹਾਨੂੰ ਵਧੀਆ ਲੱਗੇ ਹੋਣਗੇ। ਅਗਰ ਤੁਹਾਨੂੰ ਕੁਛ ਹੋਰ ਤੁਹਾਡੇ ਮਾਇੰਡ ਵਿੱਚ ਆ ਰਿਹਾ ਜਾਂ ਤੁਸੀਂ ਕੁਛ ਹੋਰ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਅਤੇ ਅੱਗੇ ਸ਼ੇਅਰ ਵੀ ਕਰੋ ਅਗਰ ਤੁਹਾਨੂੰ ਵਧੀਆ ਲੱਗ ਰਹੀਆਂ ਨੇ। ਅਤੇ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਰੱਬ ਦਾ ਖਾਲਸਾ।